ਬੂਟੇ ਲਾਏ ਸਨ ਤੱਕਣੇ ਸੋਏ ਜਿਹੜੇ ਨਾਲ ਸੁੱਕੀ ਗਏ, ਕੋਈ ਜਿਹੜੇ ਨਾਲ ਮੋਲੀ ਗਏ ਤੱਕਣੇ ਸੋਏ, ਇਹ ਵੀ ਸੁੱਕੀ ਗਿਆ, ਉਹ ਵੀ ਸੁੱਕੀ ਗਿਆ, ਅਗਲਾ ਵੀ ਸੁੱਕੀ ਗਿਆ, ਤਕਰੀਬਨ ਚੌਥਾ ਬੂਟਾ ਉਹ ਜਿਹੜਾ ਮੋਲਿਆ ਆ। ਉਸ ਤੋਂ ਬਾਅਦ ਅਗਲੇ ਵੀ ਜਿਹੜੇ ਇਸ ਟਾਈਮ ਆਇਆ ਸਾਂ ਦੁਕਾਨਾਂ ਪਰ ਮਸ਼ੀਨਾਂ ਤਾਂ ਕੀ ਰਿਹਾ ਸੋ, ਕਾਫੀ ਸਾਰੀਆਂ ਪਈਆਂ ਮਾਸ਼ਾਲਾ, ਸੋਹਣੀਆਂ ਸੋਹਣੀਆਂ ਮਸ਼ੀਨਾਂ, ਇਹ ਜਿਹੜੀ ਮਸ਼ੀਨ ਹੈ ਖਰਸਾਂ ਤਾਂ ਕੀ ਰਿਹਾ ਸੋ, ਇਸ ਟਾਈਮ ਜਿਹੜਾ ਪੈ ਕੇ ਰਹੀ ਹੈ ਮਸ਼ੀਨ, ਇਹਦੇ ਤੱਕਣੇ ਸੋ ਗੀਜ਼ਰ ਵੀ ਹਨ ਸੋਹਣੇ ਸੋਹਣੇ। ਹਾਂਜੀ ਇਸ ਟਾਈਮ ਆਈ ਗਿਆ ਬਨ ਸਾਈਂ, ਤਾਂ ਕੀ ਰਿਹਾ ਸੋ, ਸਾਹਮਣੇ ਦਰਬਾਰ ਹੈ ਬਜ਼ੁਰਗਾਂ ਦੀ, ਨਾਲ ਹੀ ਮਸਜਿਦ ਹੈ ਇਸ ਪਾਸੇ, ਤਾਂ ਕੀ ਰਿਹਾ ਸੋ ਬਨ ਮਾਸ਼ਾ ਅੱਲਾਹ। ਬਾਹਰ ਸਾਹਮਣੇ ਜਿਹੜੀ ਨਾ ਚੱਕੀ ਹੈ ਆਟੇ ਨਹੀਂ ਤੱਕਣੇ ਸੋ, ਉਸਨੀ ਆਵਾਜ਼ ਹੈ ਜਿਹੜੀ ਹੈ ਇਸ ਟਾਈਮ, ਇਹ ਬਨ ਸਾਈਂ ਏਰੀਆ ਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ, ਮੈਂ ਹੂੰ ਤਲਤ ਹੁਸੈਨ, ਅੱਜ ਨੇ ਵਲੌਗ ਨਾ ਕਰਨੇ ਦੀ ਆਗਾਜ਼, ਮੈਂ ਤੁਹਾਨੂੰ ਅੱਜ ਦੀ ਵੀਡੀਓ ਤੁਸੀਂ ਕਾਫੀ ਪਸੰਦ ਸ਼ੇਅਰ ਕਰੀ ਹੈ, ਪਸੰਦ ਅੱਛਾ ਲਾਈਕ ਕਮੈਂਟ ਜ਼ਰੂਰ ਕਰ ਸੋ, ਮਾਰ ਚੈਨਲ ਸਬਸਕ੍ਰਾਈਬ ਕਰ ਸੋ, ਬੈਲ ਆਈਕਨ ਜ਼ਰੂਰ ਦਬਾ ਸੋ, ਤਾਂ ਕਿ ਮਾਰੀ ਵੀਡੀਓ ਤੁਸੀਂ ਕੀ ਲੱਭਣੀ ਰਹੇ। ਇਸ ਟਾਈਮ ਮੌਜੂਦ ਆ ਬਨ ਸਾਈਂ, ਤੱਕੀ ਰਿਹਾ ਸੋ, ਸਾਹਮਣੇ ਦਰਬਾਰ ਹੈ, ਆਇਆ ਸਾਂ ਇੱਥੇ ਆਪਣੇ ਉਹ ਵੀ ਰੱਖੇ ਪਰ ਸੋਚਿਆ ਸੀ ਅੱਜ ਕੋਈ ਇੱਕ ਨਵੀਂ ਵੀਡੀਓ ਆਉਣ ਸਾਂ ਤੁਸਾਂ ਵਾਸਤੇ, ਘਰੋਂ ਵੀ ਸੋਚਿਆ ਸੋ, ਵਲੌਗ ਮੈਂ ਨਹੀਂ ਬਣਾਇਆ ਸੀ, ਮੈਂ ਸੀ ਜੇ ਪਹਿਲਾਂ ਅੱਜ ਨਾ ਕਿਤੇ ਅੱਗੇ ਪਿੱਛੇ ਨਾ ਜਾਣ ਆਇਆ ਤਾਂ ਫਿਰ ਜਿਹੜਾ ਨਾ ਤੁਸਾਂ ਨਾਲ ਨਾ ਸ਼ੇਅਰ ਕਰਨਾ। ਇਸ ਟਾਈਮ ਜੀ ਆਈ ਗਿਆ ਬਨ ਸਾਈਂ, ਅੱਛਾ ਜੀ ਇਸ ਟਾਈਮ ਆਇਆ ਸਾਂ ਬਨ ਸਾਈਂ, ਅਤੇ ਮੈਂ ਸੀ ਤੁਸਾਂ ਵਾਸਤੇ ਇੱਕ ਨਵੀਂ ਵੀਡੀਓ ਆਉਣਾ, ਤੁਹਾਨੂੰ ਵਾਸਤੇ ਇੱਕ ਨਵੀਂ ਵੀਡੀਓ ਆਉਂਦੀ ਹੈ, ਵੈਸੇ ਤਾਂ ਮੈਂ ਸ਼ੇਅਰ ਕਰਨਾ ਆਇਆ ਪਰ ਰਕਸ਼ੇ ਪਰ ਜਿਹੜਾ ਨਾ ਅੱਗੇ ਵੀ ਅੱਛਾ ਪਰ ਅੱਜ ਮੈਂ ਇਹ ਵੀਡੀਓ ਬਣਾਈਏ ਉਹ ਸਪੈਸ਼ਲ, ਤਾਂ ਕੀ ਰਿਹਾ ਸੋ। ਅੱਛਾ ਜੀ ਪਹਿਲਾਂ ਜਿਹੜਾ ਨਾ ਚੱਕੀ ਆਟੇ ਨਹੀਂ ਜਿਹੜੀਆਂ ਨਹੀਂ ਸੀ ਉਹ ਟੁੱਕ ਟੁੱਕ ਆਵਾਜ਼ ਅੱਛੀ ਨਹੀਂ ਸੀ, ਹੁਣ ਜਿਹੜਾ ਨਾ ਹਾਲੀ ਉਹ ਆਵਾਜ਼ ਪਹਿਲਾਂ ਉਹ ਆਵਾਜ਼ ਨਹੀਂ ਸੀ, ਸ਼ਾਇਦ ਜਿੰਨੇ ਪੁਰਾਣੇ ਬੰਦੇ ਉਹਨਾਂ ਵੀ ਸਾਰਾ ਪਤਾ ਸੀ, ਤਾਂ ਕੀ ਰਿਹਾ ਸੋ ਬਨ ਸਾਈਂ ਹੈ, ਨਾਲ ਇੱਕ ਪ੍ਰਸਥਾਨ ਹੈ ਇੱਧਰ, ਤਾਂ ਕੀ ਰਿਹਾ ਸੋ, ਇਹ ਜਿਹੜੀਆਂ ਦੁਕਾਨਾਂ ਉਹ ਬੰਦੀਆਂ ਸਮਾਨੀ ਸਟੋਰ ਨਾਲ ਇਹਦੇ, ਤਾਂ ਕੀ ਰਿਹਾ ਸੋ, ਪਕੌੜੇ ਸਮੋਸੇ ਜਲੇਬੀ ਰਸੇ, ਉਸ ਤੋਂ ਬਾਅਦ ਇਹ ਜਿਹੜੀ ਹੈ ਨਾ ਸ਼ੱਕਰ ਪਾਰੇ, ਕੀ ਰਿਹਾ ਸੋ, ਇਸ ਟਾਈਮ ਜਿਹੜਾ ਚਿਪਸ ਪਨੀਰੀ ਹੈ, ਇਹ ਨਾਲ ਇੱਧਰ ਉਸ ਖਾਨ ਹੈ, ਤਾਂ ਕੀ ਰਿਹਾ ਸੋ, ਅੰਦਰ ਆਉਣਾ ਤੁਸਾਂ ਕੀ ਵੀ ਉਹਦਾ ਸਹੀ ਆ, ਜਿਹੜੀਆਂ ਨਾ ਬਤਕਾਂ ਬੈਠੀਆਂ ਇਸ ਟਾਈਮ ਇਹਦਾ, ਤਕਰੀਬਨ ਪੰਜ ਬਤਕਾਂ ਜਿਹੜੀਆਂ ਨਾ ਉਹ ਬੈਠੀਆਂ, ਨਾਲ ਹੀ ਦਰਬਾਰ ਹੈ, ਤਾਂ ਕੀ ਰਿਹਾ ਸੋ ਮਾਸ਼ਾ ਅੱਲਾਹ। ਬੂਟੇ ਲਾਏ ਸਨ ਤੱਕਣੇ ਸੋਏ ਜਿਹੜੇ ਨਾਲ ਸੁੱਕੀ ਗਏ, ਕੋਈ ਜਿਹੜੇ ਨਾਲ ਮੋਲੀ ਗਏ ਤੱਕਣੇ ਸੋ, ਇਹ ਵੀ ਸੁੱਕੀ ਗਿਆ, ਉਹ ਵੀ ਸੁੱਕੀ ਗਿਆ, ਅਗਲਾ ਵੀ ਸੁੱਕੀ ਗਿਆ, ਤਕਰੀਬਨ ਚੌਥਾ ਬੂਟਾ ਉਹ ਜਿਹੜਾ ਮੋਲਿਆ ਆ, ਉਸ ਤੋਂ ਬਾਅਦ ਅਗਲੇ ਵੀ ਜਿਹੜੇ ਕਾਫੀ ਸੁੱਕੀ ਗਏ, ਫਿਰ ਉਹ ਜਿਹੜਾ ਲੋਡ ਰਕਸ਼ੇ ਕੋਲ ਆ ਉਹ ਜਿਹੜਾ ਨਾ ਮੋਲਿਆ ਆ। ਇਸ ਟਾਈਮ ਤੱਕ ਜਿਹੜਾ ਸੋ ਬੰਨ, ਅੱਜ ਜਿਹੜਾ ਨਾ ਹਫ਼ਤੇ ਨਾ ਤਿਆਰ ਆ, ਇਸ ਵਜ੍ਹਾ ਸੋ ਰਸ਼ ਘੁਆਉਣੀ, ਤੱਕ ਜਿਹੜਾ ਸੋ ਪਾਸੋਂ ਨੇ ਬਤਖਾਂ ਵੀ ਜਿਹੜੀਆਂ ਨਾ ਇਸ ਟਾਈਮ ਨਹਾਈ ਦੀਆਂ। ਅੱਛਾ ਜੀ ਤੱਕੀ ਰਿਹਾ ਸੋ, ਇੱਧਰ ਜਿਹੜੀਆਂ ਨਾ ਹੁਣ ਉਹ ਵਧ ਗਈ ਦਰਬਾਰ ਨਾਲ, ਪਾਰ ਸਾਹਮਣੇ ਤੱਕੀ ਰਿਹਾ, ਸਾਰੇ ਜਿਹੜੇ ਨਾ ਘਰ ਤੁਸੀਂ ਨਜ਼ਰ ਆਈ ਰਹੇ ਸਨ, ਪਹਿਲਾਂ ਇੱਥੇ ਕੋਈ ਰਹੇ ਸਨ, ਅਤੇ ਆਹ ਜਿਹੜਾ ਨਾ ਹਫ਼ਤੇ ਨਾ ਤਿਆਰ ਹੈ। ਅੱਛਾ ਜੀ ਹੋਤੀ ਨਾ ਰਾਤ, ਅੱਜ ਜਿਹੜਾ ਨਾ ਹਫ਼ਤੇ ਨਾ ਤਿਆਰ ਹੈ, ਇਤਵਾਰ ਜਿਹੜਾ ਨਾ ਇੱਥੇ ਰਸ਼ ਨਾ ਆਇਆ ਦਰਬਾਰ ਉੱਪਰ, ਅਤੇ ਸਾਈਨੀ ਬੋਨ ਉੱਪਰ ਇੱਥੇ ਜਿਹੜਾ ਨਾ ਲੱਗੇ ਨੇ ਪਕੌੜੇ ਚਿਪਸ ਸਮੋਸੇ, ਆਹ ਸ਼ਾਇਦ ਤੁਸੀਂ ਕਿੱਥੇ ਇਤਵਾਰ ਨੇ ਤਿਆਰ ਹੈ, ਰਸ਼ ਇੱਥੇ ਕਾਫੀ ਜ਼ਿਆਦਾ ਪਜਾਣਾ ਹੋਇਆ, ਅਤੇ ਇਸ ਟਾਈਮ ਜਿਹੜੀਆਂ ਦੁਕਾਨਾਂ ਇੱਥੇ ਹੀ ਹੈ ਜਿਹੜੀਆਂ ਨਾ ਖੁੱਲੀਆਂ। ਜੀ ਕੁਝ ਦੇਰ ਪਹਿਲਾਂ ਮੇਰਾ ਨਾ ਬਨ ਸਾਈਂ ਸੌਂ ਜਾ ਵਾਪਸ ਆਈ ਗਿਆ ਚੌਕੇ ਵਿੱਚ, ਆਹ ਤੱਕ ਸੋ ਆਪਣਾ ਰਕਸ਼ਾ ਖਲਾਈ ਹੋ ਰਿਹਾ ਵਾਪਸ, ਤਾਂ ਕੀ ਰਿਹਾ ਸੋ, ਅੱਜ ਰਸ਼ ਕਿਤਨਾ ਜ਼ਿਆਦਾ ਇੰਗਲੈਂਡ ਇਸ ਟਾਈਮ ਜਿਹੜੇ ਨਾ ਆਏ ਕੀ ਰਿਹਾ ਸੋ। ਹਾਂਜੀ ਹੋਰ ਨਾਲ ਰਾਜ ਇਸ ਟਾਈਮ ਜੋਧਾ ਬਾਜ਼ਾਰ ਹੈ ਵਿੱਚ, ਮੈਂ ਤੁਹਾਨੂੰ ਕਿ ਬਾਜ਼ਾਰਾਂ ਨਹੀਂ ਥੋੜ੍ਹੀ ਰੌਣਕ ਚੈੱਕ ਕਰਾਈ ਰਿਹਾ, ਇਸ ਟਾਈਮ ਜਿਹੜੇ ਨਾ ਅੱਜ ਕੱਲ੍ਹ ਇੰਗਲੈਂਡ ਹੀ ਆਏ, ਤਾਂ ਕੀ ਰਿਹਾ ਸੋ, ਬਾਹਰ ਸਾਹਮਣੇ ਤੱਕ ਸੋ ਇੰਗਲੈਂਡ ਹੀ ਮਿਲਦੇ ਪਏ, ਰਸ਼ ਇਤਨਾ ਜ਼ਿਆਦਾ ਆ। ਹਾਂਜੀ ਹੋਰ ਨਾਲ ਰਾਜ ਤੋਂ ਜਾ ਮੈਂ ਮਸ਼ੀਨ ਕਰਨੀ ਹੈ ਵਾਸ਼ਿੰਗ ਮਸ਼ੀਨ, ਇਹ ਜਿਹੜਾ ਨਾ ਇਹਨਾਂ ਦੀ ਦੁਕਾਨ ਹੈ ਸੱਕ ਬਾਰਾਂ ਨਹੀਂ, ਇੱਥੋਂ ਜਾ ਕਰਨੀ ਹੈ, ਬਾਹਰ ਸਾਹਮਣੇ ਜਾ ਮੈਂ ਆਪਣਾ ਰੱਖਿਆ ਅਤੇ ਖਿਲਾਇਆ ਪਾਰਕਿੰਗ, ਕਿਉਂ ਜਿਹੜਾ ਇੱਥੇ ਰਾਹ ਆਉਂਦੇ ਇੱਥੇ ਮਸ਼ੀਨ ਲੱਗਣੇ ਫਿਰ ਚੁੱਲ੍ਹੇ ਆ। ਇਸ ਟਾਈਮ ਆਇਆ ਸਾਂ ਦੁਕਾਨਾਂ ਪਰ ਮਸ਼ੀਨਾਂ, ਤਾਂ ਕੀ ਰਿਹਾ ਸੋ, ਕਾਫੀ ਸਾਰੀਆਂ ਪਈਆਂ ਮਾਸ਼ਾਲਾ, ਸੋਹਣੀਆਂ ਸੋਹਣੀਆਂ ਮਸ਼ੀਨਾਂ, ਇਹ ਜਿਹੜੀ ਮਸ਼ੀਨ ਹੈ ਖਰਸਾਂ, ਤਾਂ ਕੀ ਰਿਹਾ ਸੋ, ਇਸ ਟਾਈਮ ਜਿਹੜਾ ਪੈ ਕੇ ਰਹੀ ਹੈ ਮਸ਼ੀਨ, ਇਹਦੇ ਦੇਖਣੇ ਸੋ ਗੀਜ਼ਰ ਵੀ ਹਨ ਸੋਹਣੇ ਸੋਹਣੇ। ਆਹ ਜੀ ਮਸ਼ੀਨ ਜਾਂ ਉਹ ਰੱਖਣੀਆਂ ਰਕਸ਼ੇ ਵਿੱਚ, ਬੰਨੀ ਉਹ ਸੱਥ ਹੈ, ਇਹ ਜੀ ਉਹਨੂੰ ਤੱਕਣੇ ਸੋ ਮਸ਼ੀਨ ਬੰਨੇ ਪਏ ਹਾਂ, ਇਹ ਆਰ ਹੈ ਨਾਲ ਹੀ ਪੁੱਲੀ ਹੈ ਇੱਧਰ, ਤੱਕ ਇਸ ਹਾਂਜੀ ਹੋਰ ਤਿੰਨ ਰਾਤ ਇਸ ਟਾਈਮ ਆਇਆ ਸਾਂ, ਬੁਕਿੰਗ ਕੀਤਾ ਜਾਣਾ ਵਫਾ ਪਾਰਲਰ ਹੈ, ਤੱਕ ਇਸ ਵਫਾ ਬਿਊਟੀ ਸਲੋਨ ਬੁਕਿੰਗ ਆਫਿਸ,
ਇੱਥੇ ਆਇਆ ਸਾ ਬੁਕਿੰਗ ਉਹਨੇ ਕੀ ਆਉਂਦਾ ਰੱਟੇ ਨੇ ਬੰਦੇ ਨੇ ਅਤੇ ਅਕਸਰ ਮਾਰੇ ਨਾਲ ਹੀ ਜਾਣੇ ਨੂੰ ਜਿਹੜਾ ਨਾ ਰੱਟਾ ਜੁੜਿਆ ਅਤੇ ਇੱਥੋਂ ਜਿਹੜਾ ਨਾ ਵਫਾ ਪਾਰਲਰ ਸਨ ਕੋਈ ਬੁਕਿੰਗ ਕਰਾ ਸਨ ਕੋਈ ਆਈ ਥਿੰਕ ਇਹਨਾਂ ਨੇ ਕੋਈ ਸ਼ਾਦੀ ਵਿਆਹ ਹੀ ਅਤੇ ਫਿਰ ਇਨਸ਼ਾਅੱਲਾ ਜੁੜ ਸਾਂ ਰੱਟਾ ਹੁਣ ਅੱਛਾ ਜੀ ਹਾਥੀ ਨਾਲ ਰਾਤ ਇਸ ਟਾਈਮ ਅਸਾਂ ਮੌਜੂਦ ਹਾਂ ਰੱਟੇ ਨੇ ਮੁਕਾਮ ਪਰ ਤਾਂ ਕਿਰਿਆ ਸੋ ਅਸਾਂ ਇੱਥੇ ਬੁਕਿੰਗ ਆਏ ਸਾਂ ਸਪੈਸ਼ਲ ਨਾਲ ਹੀ ਦਸ ਮਾਣੀ ਸਟੋਰ ਹੈ ਇੱਧਰ ਹੀ ਤਾਂ ਕਿਰਿਆ ਸੋ ਨਾਲ ਹੀ ਗਰਾਂ ਇਹ ਹੈ ਰੱਟੇ ਨਾ ਗਰਾਂ ਅੱਛਾ ਜੀ ਹਾਥੀ ਨਾਲ ਰਾਤ ਇਸ ਟਾਈਮ ਇੱਥੇ ਆਇਆ ਅਸਾਂ ਰੱਟਾ ਮੈਂ ਇਹ ਵੀ ਤੁਸੀਂ ਸਾਲਾ ਸ਼ੇਅਰ ਕਰੀ ਚੱਲਾਂ ਤਾਂ ਕਿਰਿਆ ਸੋ ਪ੍ਰਾਤਨ ਇਸ ਟਾਈਮ ਗੱਡੀ ਜਾ ਰਹੀ ਹੈ ਹੈ ਜੀ ਤਾਂ ਕਿਰਿਆ ਸੋ ਮਾਸ਼ਾ ਅੱਲਾ ਅੱਛਾ ਜੀ ਇਹ ਜਿਹੜਾ ਨਾ ਇੰਨਾ ਬੂਟਾ ਹੁੰਦਾ ਸੀ ਇਹ ਲਾਸਨ ਤਾਂ ਕਿਰਿਆ ਸੋ ਇਹ ਜਿਹੜਾ ਨਾ ਰਖਮਾਣੀ ਨਾ ਬੂਟਾ ਹੈ ਇਹ ਜਿਹੜਾ ਨਾ ਰਖਮਾਣੀ ਨਾ ਬੂਟਾ ਸੀ ਅਤੇ ਹੁਣ ਜਿਹੜਾ ਮਕਾਨ ਬਣੀ ਗਿਆ ਇੱਥੇ ਲੱਗਿਆ ਹੋਣਾ ਸੀ ਨਸ਼ੇ ਦੀ ਇੱਥੇ ਲੱਗਿਆ ਸਾਂ ਪੱਟੀ ਰਮ ਜਿਹੜਾ ਨਵਾਂ ਨੇ ਇੱਧਰ ਲਾਸਾਂ ਅੱਛਾ ਜੀ ਵਾਪਸ ਆਈ ਗਿਆ ਸਾਂ ਘਰ ਮੈਂ ਵੀਡੀਓ ਐਂਡ ਕਰੀ ਉਮੀਦ ਕਰਨਾ ਆਈ ਨਹੀਂ ਵੀਡੀਓ ਤੁਹਾਨੂੰ ਕਾਫੀ ਪਸੰਦ ਆਈ ਸੀ ਅਗਰ ਵੀਡੀਓ ਪਸੰਦ ਅੱਛਾ ਲਾਈਕ ਕਮੈਂਟ ਜ਼ਰੂਰ ਕਰ ਸੋ ਮਾਈ ਚੈਨਲ ਸਬਸਕ੍ਰਾਈਬ ਕਰ ਸੋ ਬੈਲ ਆਈਕਨ ਜ਼ਰੂਰ ਦਬਾ ਸੋ ਤਾਂ ਕਿ ਮਾੜੀ ਵੀਡੀਓ ਤੁਸੀਂ ਕੀ ਲੱਭਣੀ ਰਹੇ ਔਰ ਇਸ ਨਾਲ ਮੈਂ ਦੇ ਸੋ ਇਜਾਜ਼ਤ ਨੈਕਸਟ ਵੀਡੀਓ ਫਿਰ ਮਿਲ ਸਾਂ ਅੱਲਾ ਹਾਫਿਜ਼।